ਕਹਿੰਦੇ ਜਿਹੜੇ ਬੰਦੇ ਨੂੰ ਪਿੰਡ ਚ ਮੰਗਿਆ ਕੋਈ ਸਾਈਕਲ ਨਾ ਦਿੰਦਾ ਹੋਵੇ ਤੇ ਜੇ ਕਿਤੇ ਭੁੱਲ ਭੁਲੇਖੇ ਪਿੰਡ ਦਾ ਉਹ ਪੰਚਾਇਤ ਮੈਂਬਰ ਤੇ ਕਿਤੇ ਔਖਾ ਜਿਹਾ ਹੋ ਕੇ ਸਰਪੰਚ ਬਣ ਜਾਏ ਨਾ, ਮਾੜੇ ਬੰਦਿਆਂ ਨੂੰ ਜਿਉਣ ਨਹੀਂ ਦਿੰਦਾ ਉਹ। ਉਹ ਮਾਂ ਦਾ ਪੁੱਤ ਆਪਦਾ ਦਾਬਾ ਦੱਸ ਕੇ ਹੀ ਲੋਕਾਂ ਨੂੰ ਡਰਾਈ ਰੱਖਦਾ ਵੀ ਮੈਂ ਉਹ ਬਣ ਗਿਆ। ਉਹ ਪਿਛਲੇ ਕੱਲ੍ਹ ਦੀ ਗੱਲ ਹੈ ਵੀ ਮੈਂ ਤਾਂ ਹੈਰਾਨ ਹਾਂ, ਇੱਕ MLA ਕਹਿੰਦਾ ਜੀ ਮੈਂ MLA ਹਰਮੀਤ ਸਿੰਘ ਪਠਾਨ ਮਾਜਰਾ, ਇਹਦੇ ਮਾਜਰੇ ਕਈ ਹੈ ਵੈਸੇ, ਕੋਈ ਇੱਕ ਮਾਜਰਾ ਨਹੀਂ, 2010 ਤੋਂ ਲੈ ਕੇ ਲਗਾਤਾਰ ਇਹਦੇ ਮਾਜਰੇ ਹੀ ਚੱਲਦੇ ਆ ਰਹੇ ਆ। ਹੁਣ ਇਹ ਨਹੀਂ ਪਤਾ ਇਹਨੇ ਨਾਂ ਦੇ ਪਿੱਛੇ ਵੀ ਮਾਜਰਾ ਕਿਉਂ ਲਾਇਆ, ਆਪਦੇ ਮਾਜਰਿਆਂ ਕਰਕੇ ਲਾਇਆ ਕਿ ਇਹਦਾ ਨਾਂ ਮਾਜਰਾ ਕਿ ਇਹਦਾ ਪਿੰਡ ਮਾਜਰਾ। ਇਹਦੇ ਮਾਜਰਾ ਨੰਬਰ 1 ਹੈ ਵੀ ਕਿਸੇ, ਤੁਸੀਂ ਤੁਹਾਨੂੰ ਪਤਾ ਹੀ ਹੈ ਕੋਈ ਇਹਦੀ ਚੰਗੀ ਮਾੜੀ ਕੋਈ ਵੀਡੀਓ ਵੀ ਇੱਕ ਅੱਧੀ ਵਾਇਰਲ ਹੋਈ ਸੀ ਇਹਦੀਆਂ ਕਰਤੂਤਾਂ ਕਰਕੇ। ਇੱਕ ਅੱਧਾ ਇਹਨੇ ਕਹਿੰਦੇ ਵੀ ਕੋਈ ਇਨੋਵਾ ਕ੍ਰਿਸਟਾ ਕਾਰ ਲਈ ਸੀ, ਇਨੋਵਾ ਕ੍ਰਿਸਟਾ ਗੱਡੀ ਦੀਆਂ ਇਹਦੀਆਂ ਕਿਸ਼ਤਾਂ ਜਦੋਂ ਟੁੱਟ ਗਈਆਂ ਉਹ ਚੱਕ ਕੇ ਏਜੰਸੀ ਵਾਲੇ ਫੜ ਕੇ ਲੈ ਗਏ ਫਾਈਨਾਂਸ ਵਾਲੇ, ਉਹਨਾਂ ਨੇ ਉੱਥੇ ਆਪਦੇ ਕੋਲੇ ਰੱਖੀ, ਉੱਥੇ ਇਹਦੀ ਬੇਇੱਜ਼ਤੀ ਕਰਕੇ ਉਹਨੂੰ ਬਾਹਰ ਕੱਢਿਆ। ਉਦੋਂ ਬਾਅਦ ਇਹਨੂੰ ਇਹਦੀ JCB ਫੜ ਕੇ ਲੈ ਗਏ, ਉਸ ਤੋਂ ਬਾਅਦ ਇਹਦੇ ਕੋਲੇ ਇੱਕ ਅਸੂਜੂ ਦੀ ਬਲੂ ਕਲਰ ਦੀ ਇਹਦੇ ਕੋਲੇ ਕਾਰ ਸੀ ਨੇਵੀ ਬਲੂ, ਉਹ ਵੀ ਫਾਈਨਾਂਸ ਵਾਲੇ ਫੜ ਕੇ ਲੈ ਗਏ। ਮਹਾਂ ਡਿਫਾਲਟਰ ਬੰਦਾ ਜਿਹਨੂੰ ਪਿੰਡ 'ਚ ਮੰਗਿਆ ਕੋਈ ਸਾਈਕਲ ਨਹੀਂ ਦਿੰਦਾ ਸੀ ਅਤੇ ਬਣ ਗਿਆ MLA। ਅਤੇ ਬੀਤੇ ਕੱਲ੍ਹ ਸਾਡੇ ਫਾਜ਼ਿਲਕਾ ਜ਼ਿਲ੍ਹੇ ਦਾ ਨੌਜਵਾਨ ਹੈ ਸੰਦੀਪ ਲਾਧੂ ਦਾ ਪੱਤਰਕਾਰ, ਬੜਾ ਨੌਜਵਾਨ ਸਿਆਣਾ ਵਾਕਿਆ, ਇੱਕ ਵਾਕਿਆ ਅਕਲ ਵਾਲਾ, ਇੱਕ ਬੜਾ ਸੂਝਵਾਨ ਲੜਕਾ ਉਹ। ਹੁਣ ਉਹਨੂੰ ਕੱਲ੍ਹ ਬੈਠਾ ਮਾਂ ਦਾ ਪੁੱਤ ਵਿਧਾਨ ਸਭਾ 'ਚ ਸੈਸ਼ਨ ਚੱਲਣਾ ਆਇਆ ਅਤੇ ਇਹ ਅੰਦਰ ਜਾਣ ਲੱਗਿਆ, ਉਹਨੂੰ ਆਉਂਦਾ ਵੀ ਮੈਂ ਤੈਨੂੰ ਬਾਹਰ ਆ ਕੇ ਵੇਖਦਾ, ਮੈਂ ਸੰਦੀਪ ਸਿੰਘ ਗਲਤੀ ਇੱਥੇ ਉਹਦੀ ਨਹੀਂ ਕੱਢਦਾ, ਮੈਂ ਸੰਦੀਪ ਸਿੰਘ ਦੀ ਗਲਤੀ ਕੱਢਦਾ ਅਤੇ ਸੰਦੀਪ ਸਿੰਘ ਗਲਤੀ ਤੇਰੀ। ਜਦੋਂ ਮੈਂ ਆਉਂਦਾ ਸੀ ਨਾ ਬਾਹਰ ਆ ਕੇ ਵੇਖਦਾ ਅਤੇ ਤੈਨੂੰ ਵੀ ਆਪਦਾ ਬਾਰਡਰ ਵਾਲਾ ਏਰੀਆ ਯਾਦ ਆ ਜਾਣਾ ਚਾਹੀਦਾ, ਗੁੱਟ ਤੋਂ ਫੜ ਕੇ ਉਹਨੂੰ ਬਾਹਰ ਖਿੱਚ ਲੈਂਦਾ, ਨਿੰਮ ਨਾਲ ਲਾ ਲੈਂਦਾ ਬਾਹਰਲੇ ਪਾਸੇ, 100-150 ਨਿੰਮ ਆ ਬਾਹਰਲੇ ਪਾਸੇ ਵਿਧਾਨ ਸਭਾ ਦੇ ਨਾਲ। ਇਹਨੂੰ ਪੁੱਛਦਾ ਵੀ ਦੱਸ ਤੂੰ ਉਹੀ ਹੈ ਜਿਹੜਾ ਜਨਾਨੀਆਂ ਦੇ ਰੁਪਈਏ ਲੈ ਕੇ, ਜਨਾਨੀਆਂ ਦੇ ਰੁਪਈਆਂ ਦੇ ਕੋਟ ਪਾ ਕੇ ਇੱਥੇ, ਅੱਜ ਕੱਲ੍ਹ ਜਿਹੜਾ ਕੋਟ ਪਾਇਆ ਸੀ ਇਹਦੇ ਚੈਰੀ ਜੇ ਕਲਰ ਦਾ, ਇਹ ਵੀ ਇਹਦਾ ਬਿੱਲ ਪਿਆ ਮੇਰੇ ਤੋਂ UP ਦੇ ਕਿਹੜੇ ਮੌਲ ਤੋਂ ਲਿਆ। ਸੰਦੀਪ ਸਿੰਘ ਕਦੇ ਮੇਰੇ ਕੋਲ ਆ ਜੀ, ਇਹਦੇ ਬਾਕੀ ਦੀਆਂ ਜੇ ਕਰਤੂਤੇ ਦੇ ਕੱਪੜੇ, ਇਹਦੇ ਗੱਡੀਆਂ, ਇਹਦੇ ਕੋਲੇ 74-74 ਰੁਪਈਆਂ ਦੇ ਇਹਦੇ ਸਕਰੀਨਸ਼ਾਟ। ਹੋਰ ਛੱਡੋ ਭਗਵੰਤ ਸਿੰਘ ਦੇ ਪਰਿਵਾਰ ਬਾਰੇ ਜਿਹੜੇ ਇਹਨੇ ਅਪ ਸ਼ਬਦ ਇਹਦੀ ਜ਼ਬਾਨੋਂ ਵਾਇਸ ਨੋਟ ਪਏ ਆ, ਉਹ ਪਏ ਆ ਮੇਰੇ ਕੋਲ ਡਿਸਕ ਦੇ ਵਿੱਚ। ਉਹ ਇਹ ਬੰਦਾ, ਇਸ ਬੰਦੇ ਨੂੰ ਚੰਗਾ ਬੰਦਾ ਸਿਰੀ ਨਾ ਲਾਵੇ ਤੇ ਤੂੰ ਇਹਦੇ ਦਾਬੇ ਸਹੀ ਜਾਂਦਾ। ਮੈਂ ਪਠਾਨ ਮਾਜਰਾ ਸਾਹਿਬ ਤੈਨੂੰ ਫਿਰ ਇੱਕ ਵਾਰੀ ਸਮਝਾ ਦਿੰਦਾ, ਇੱਕ ਵਾਰੀ ਸਾਡਾ ਰੌਲਾ ਪਿਆ ਸੀਗਾ ਸੁੱਖੀ ਨਾਲ ਤੇ ਮਾਂ ਦੇ ਪੁੱਤ ਦੇ ਕੰਨਾਂ ਨੂੰ ਨਹੀਂ ਪੇਠ ਨੂੰ ਹੱਥ ਲਵਾਦੇ ਸੀ, ਤੇ ਹੁਣ ਤੂੰ ਬੰਦੇ ਦਾ ਪੁੱਤ ਬਣ ਜਾਂ ਤਾਂ ਸਿੱਧਾ ਹੋ ਕੇ ਇੱਥੇ ਅਜੜੀ ਫੇਸਬੁੱਕ ਜਾਂ ਜਿੱਥੇ ਵੀ ਆ ਤੇਰਾ ਵਾਇਰਲ ਹੋਈ ਜਾਂਦਾ, ਇਹ ਨੌਜਵਾਨ ਤੋਂ ਮੰਗ ਮਾਫ਼ੀ। ਪਹਿਲੀ ਗੱਲ ਤੇਰੇ 'ਤੇ ਪਰਚਾ ਉੱਥੇ ਦਰਜ ਹੋ ਗਿਆ ਅਤੇ ਪਰਚਾ ਸੰਦੀਪ ਸਿੰਘ ਤੂੰ ਗਰਜ ਕੇ ਲੜੀ, ਕਿਉਂਕਿ ਤੇਰੇ ਤੋਂ ਪਹਿਲਾਂ ਨੇ ਇਹਨੇ ਇੱਕ ਵੀਡੀਓ ਦੇ ਨਾਲ ਵੀ ਐਵੇਂ ਹੱਥੋਂ ਪਾਈ ਕੀਤੀ ਸੀ, ਉਹਦੇ ਗੱਲ 'ਚ ਵੀ ਗੱਲ ਨੂੰ ਹੱਥ ਵੀ ਪਾਇਆ ਸੀ, ਉਦੋਂ ਇਹ ਹੁੰਦਾ ਸੀ ਸ਼੍ਰੋਮਣੀ ਅਕਾਲੀ ਦਲ 'ਚ, ਇਹਨੂੰ ਕੋਈ ਪ੍ਰਧਾਨ ਪ੍ਰਧੂਨ ਬਣਾਇਆ ਸੀ, ਕੋਈ ਸਾਈਕਲ ਯੂਨੀਅਨ ਦਾ ਕਿ ਕਾਹਦਾ, ਕੋਈ ਰੇਹੜੀ ਯੂਨੀਅਨ ਦਾ ਕੋਈ ਪ੍ਰਧਾਨ ਬਣਾਇਆ ਸੀ, ਇਹ ਵੀਡੀਓ ਦੇ ਗੱਲ ਪੈ ਗਿਆ ਸੀ। ਜਦੋਂ ਪਿਆ ਵੀਡੀਓ ਦੇ ਗੱਲ ਅਤੇ ਵੀਡੀਓ ਗਾਂ ਪਿਓ ਦਾ ਵੱਜਿਆ, ਉਹ ਉਹਨੇ ਕਰਾਤਾ ਇਹ 'ਤੇ ਪਰਚਾ, ਇਹ ਕਹਿੰਦਾ ਜੀ ਰਾਜੀਨਾਮਾ ਕਰ ਲਊ, ਉਹਦਾ ਬਿਲਕੁਲ ਨਹੀਂ, ਉੱਥੇ ਲਿਜਾਊ ਕਹਿੰਦੇ, ਕਹਿੰਦਾ ਕਿੱਥੇ, ਕਹਿੰਦਾ ਜਿੱਥੇ ਬਿਨਾਂ ਤੜਕੇ ਤੋਂ ਦਾਲ ਮਿਲਦੀ, ਭਾਵ ਜੇਲ੍ਹ 'ਚ। ਉਹ ਮਾਂ ਦੇ ਪੁੱਤ ਨੇ ਜਦੋਂ ਸਜ਼ਾ ਆ ਗਈ, ਇਹ ਸਾਰੇ ਪਰਿਵਾਰ ਨੂੰ ਲੈ ਕੇ ਉਹਦੇ ਪੈਰਾਂ 'ਚ ਪੱਗ ਧਰ ਕੇ ਉਹ ਤੋਂ ਮਾਫ਼ੀ ਮੰਗ ਕੇ ਆਇਆ ਸੀ, ਐਵੇਂ ਆਊਵੇ ਰਿੜਦਾ ਤੇਰੇ ਕੋਲੇ। ਸੰਦੀਪ ਸਿੰਘ ਕਿਤੇ ਵੇਖੀਓ ਦੂਜੇ ਪੱਤਰਕਾਰ ਵਾਲੀ ਨਾ ਕਰ ਜੀ, ਵੀ ਕੱਲ੍ਹ ਨੂੰ ਵੀਡੀਓ ਪਾਈ ਖੜੇ ਹੋਵੋ ਵੀ ਸਾਡਾ ਤਾਂ ਜੀ ਰਾਜੀਨਾਮਾ, ਕੋਈ ਗੱਲ ਨਹੀਂ ਜੀ ਕੱਲ੍ਹ ਨੂੰ ਵੈਸੇ ਹੱਲਾ ਗੁੱਲਾ ਹੋ ਗਿਆ ਸੀ ਅਤੇ ਅਸੀਂ ਇੱਕ ਦੂਜੇ ਨਾਲ ਲੜ ਪਏ ਸੀ, ਕਿਉਂਕਿ ਬੰਦੇ ਬੰਦਿਆਂ ਦੇ ਪਿੱਛੇ ਖੜ ਜਾਂਦੇ ਹੁੰਦੇ, ਤੇਰੇ ਮਗਰ ਬੰਦੇ ਖੜ ਜਾਣਗੇ। ਇੱਥੇ 67 ਸੈਕਟਰ 'ਚ ਮੈਂ ਰਹਿੰਦਾ, ਮੈਨੂੰ ਜਦੋਂ ਮਰਜ਼ੀ ਫੋਨ ਮਾਰ ਲਈ ਪਠਾਨ ਮਾਜਰੇ ਵਾਲਾ ਤਾਂ ਆਪਾਂ ਕਰਾਲੀ ਤੋਂ ਗਾਂਹ ਨਹੀਂ ਲੰਘਣ ਦੇਣਾ, ਇਹਨੂੰ ਦੱਸ ਦੀ ਅਤੇ ਅੱਜ ਕਿਤੇ ਤੇਰੇ ਕੋਲ ਪਠਾਨ ਮਾਜਰੇ ਦਾ ਨੰਬਰ ਹੈਗਾ, ਇਹਨੂੰ ਮੇਰੀ ਵੀਡੀਓ ਭੇਜ ਦੀ, ਇਹਨੂੰ ਦੱਸ ਦੀ ਵੀ ਸਾਈਪਲ ਬਰਾੜ ਅਸੀਂ ਇੱਕੋ ਏਰੀਏ ਦੇ ਹੀ ਹਾਂ, ਅਸੀਂ ਸੁੱਖੀ ਨੂੰ ਸਾਰੀ ਰਾਜ ਤਾਰਾਂ ਦੇ ਥਾਣੇ ਅੰਦਰ ਲਵਾਈ ਸੀ, ਮੱਛਰ 'ਚ ਖੜਾ ਰਿਹਾ ਸੀ। ਉਹ ਮਾਂ ਦੇ ਪੁੱਤ ਤੂੰ ਤਾਂ ਚੀਜ਼ ਕਿਹੜੀ ਹੈ,
ਤਿੰਨ ਤਾਂ ਸਾਲ ਡੂਢ ਸਾਲ ਹੋਇਆ ਤੁਸੀਂ ਭੁੱਲ ਭੁਲੇਖੇ ਚ ਐਮ ਐਲ ਏ ਬਣੇ ਹੋ, ਤੁਹਾਨੂੰ ਪਿੰਡ ਦਾ ਕੋਈ ਮਾਂ ਦਿਓ ਪੁੱਤ ਮੰਗਿਆ ਤੁਹਾਡੇ ਸਾਈਕਲ ਪੈਂਚਰ ਹੋ ਜਾਏ, ਤੁਹਾਡੇ ਤੱਕ ਪੈਂਚਰ ਵਾਲਾ ਪੈਂਚਰ ਨਾ ਲਾਵੇ, ਖੌਰੇ 2 ਰੁਪਈਏ ਵਾਪਸ ਆਉਣੇ ਆ ਕਿ ਨਹੀਂ, ਜਿਵੇਂ ਵਿਚਾਰੀ ਇੱਕ ਬੀਬੀ ਇੱਥੇ ਕਰੀ ਜਾਂਦੀ, ਕਹਿੰਦੇ ਜੀ ਵੀ ਅਖੇ ਉਹਨਾਂ ਨਾਲ ਕੋਈ ਰੌਲਾ, ਉਹਨਾਂ ਦੇ ਪੈਸੇ ਪੂਸੇ ਦੇਣ ਵਾਲੇ ਆ, ਇਹ ਜੇ ਬੰਦਿਆਂ ਨੂੰ ਗੁੱਟ ਤੋਂ ਫੜ ਲਿਆ ਕਰੋ। ਮੇਰੇ ਤਾਂ ਪੱਤਰਕਾਰ ਸਾਰੇ ਭਰਾਵਾਂ ਨੂੰ ਬੇਨਤੀ ਆ, ਜਦੋਂ ਔਖਾ ਹੋਵੇ 2 ਵਾਰੀ ਨੱਕ ਦੇ ਸਿਟੀਆਂ ਹੁਣ ਮੁੱਕੀਆਂ, ਆਪੇ ਇਹੋ ਜਿਹਾ ਬਾਅਦ ਚ ਕਹਿੰਦਾ ਜੀ ਜਿਵੇਂ ਹੁਣ ਪਰਸੋਂ ਖੌਰੇ ਕਿਸੇ ਨਾਲ ਲੜਿਆ, ਇਹ ਆਪਦੇ ਜਾਣੇ ਵਿਖਾਉਂਦਾ ਬਦਮਾਸ਼ੀ, ਤੇ ਜਿਹਦੀ ਬਦਮਾਸ਼ੀ ਇੱਕ ਵਾਰੀ ਭੋਰ ਨਹੀਂ ਹੋਵੇ ਨਾ, ਉਹਨੂੰ ਅੱਗੋਂ ਤਾਂ ਨੱਕ ਭੋਰ ਦੇਈਦਾ ਹੁੰਦਾ, ਤੇ ਦੂਜੀ ਵਾਰੀ ਬੰਦਾ ਅੱਖ ਚ ਪਾਇਆ ਨਹੀਂ ਰੜਕਦਾ। ਸੰਦੀਪ ਸਿੰਘ ਪਰਵਾਹ ਨਾ ਕਰੀ, ਜਿਵੇਂ ਕਹੇਗਾ ਤੂੰ ਤੇਰੇ ਨਾਲ ਬੋਲ ਕੇ ਕਹੇਗਾ, ਖੜ ਕੇ ਕਹੇਗਾ, ਧਰਨਾ ਲਾਉਣਾ, ਰੈਲੀ ਕਰਨੀ, ਪਰਚਾ ਲਾਉਣਾ, ਜਦੋਂ ਮਰਜ਼ੀ ਮੈਨੂੰ ਫੋਨ ਮਾਰ ਲਈ, ਨੰਬਰ ਤੇਰੇ ਕੋਲ ਮੇਰਾ ਸੇਵ ਹੈ। ਇਹ ਪਠਾਨ ਮਾਜਰੇ ਵਰਗਾ ਤਾਂ ਤੇਰੇ ਪੈਰਾਂ ਨੂੰ ਹੱਥ ਲਾ ਕੇ ਮੁੜੂਗਾ, ਪੱਲੇ ਪੁੱਲੇ ਇਹਨਾਂ ਦੇ ਕੁਛ ਨਹੀਂ। ਪਠਾਨ ਮਾਜਰਾ ਸਾਹਿਬ ਤੇਰੇ ਵੀ ਜਿਹੜੀ 41 ਨੰਬਰ ਵਾਲੀਆਂ ਜੀਰਕਪੁਰ ਰੋਡ ਤੇ ਪਟਿਆਲਾ ਰੋਡ ਤੇ ਜਿਹੜੀ ਕੋਠੀ ਤੋਂ ਲਈ ਬੈਠਾ ਨਾ ਐਮ ਐਲ ਏ ਬਣਨ ਤੋਂ ਬਾਅਦ, ਲਗਭਗ 1.5 ਕਰੋੜ ਰੁਪਈਏ ਦੀ ਉਹਦੀ ਰਜਿਸਟਰੀ ਪਈ ਹੈ ਮੇਰੇ ਕੋਲ, ਰਜਿਸਟਰੀ ਦੀ ਫੋਟੋ ਕਾਪੀ। ਸੋ ਚੰਗਾ ਰਹਿ ਜਾਏਗਾ, ਸੰਦੀਪ ਤੋਂ ਮੁੰਡੇ ਤੋਂ ਮਾਫੀ ਮੰਗ ਆਪਦੀ।